ਆਨਲਾਈਨ ਸਮਾਨ ਵੇਚਣ ਵਾਲੀ ਕੰਪਨੀ ਐਮਾਜ਼ਾਨ ਅਤੇ ਫਲਿੱਪਕਾਰਟ ਨੇ ਇੱਕ ਵਾਰ ਫਿਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿੱਥੇ ਇਹਨਾਂ ਕੰਪਨੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਨੂੰ ਵੇਚਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਇਸ ਦਾ ਕਾਫੀ ਰੋਸ ਪਾਇਆ ਜਾ ਰਿਹਾ ਹੈ। ਅੱਜ ਅਸੀਂ ਇੱਥੇ ਆਏ ਹਾਂ ਜੀ ਅੰਮ੍ਰਿਤਸਰ ਸਾਹਿਬ, ਨਿਊ ਅੰਮ੍ਰਿਤਸਰ ਜਿਹੜਾ ਵਾ ਐਮਾਜ਼ਾਨ ਦਾ ਦਫ਼ਤਰ ਬੰਦ ਕਰਾਉਣ ਵਾਸਤੇ। ਤੁਹਾਨੂੰ ਸਾਰਿਆਂ ਨੂੰ ਪਤਾ ਲੰਘੇ ਦੇਣੀ ਵੀ ਇਹਨਾਂ ਨੇ ਪਹਿਲਾਂ ਸੱਚਖੰਡ ਦਰਬਾਰ ਸਾਹਿਬ ਦਾ ਜਿਹੜਾ ਸਰੂਪ ਸੀਗਾ ਉਹ ਫਲੱਸ਼ ਵਾਲੇ ਜਿਹੜੇ ਮੈਟ ਹੁੰਦੇ ਨੇ ਉਹਨਾਂ ਦੇ ਉੱਤੇ ਛਾਪਿਆ ਸੀਗਾ। ਬੇਸ਼ੱਕ ਇਹਨਾਂ ਨੇ ਉਦੋਂ ਗਲਤੀ ਮੰਨ ਲਈ, ਮਾਫ਼ੀਨਾਮਾ ਅਕਾਲ ਤਖ਼ਤ ਸਾਹਿਬ ਭੇਜਿਆ ਅਤੇ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਾ ਕਰਨ ਦਾ ਪ੍ਰਣ ਕੀਤਾ ਸੀ, ਪਰ ਹੁਣ ਫਿਰ ਇਹਨਾਂ ਦੇ ਵੱਲੋਂ ਧੰਨ ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਮੂਰਤੀਆਂ ਨੇ ਡੈਸ਼ਬੋਰਡ 'ਤੇ ਕਾਰਾਂ 'ਤੇ ਰੱਖਣ ਵਾਲੀਆਂ ਜਾਂ ਉਹਨਾਂ ਨੂੰ ਲਿਖ ਕੇ ਦਿੱਤਾ ਜਾਂਦਾ ਵੀ ਮੰਦਰ ਦੇ ਵਿੱਚ ਪੂਜਾ ਕਰਨ ਵਾਲੀਆਂ, ਉਹ ਜਿਹੜੀਆਂ ਨੇ ਬਣਾਈਆਂ ਗਈਆਂ ਨੇ, ਅਤੇ ਜਿਹਦਾ ਕਿ ਰੋਸ SGPC ਵੱਲੋਂ ਵੀ ਵਿਅਕਤ ਕੀਤਾ ਗਿਆ ਵਾ, ਉਹਨਾਂ ਨੇ ਵੀ ਇਹਨਾਂ ਦੇ ਉੱਤੇ ਐਕਸ਼ਨ ਲੈਣ ਦੀ ਗੱਲ ਕਰੀ ਆ। ਸੋ ਜਥੇਬੰਦੀਆਂ ਵੱਲੋਂ ਅਸੀਂ ਆਪਣਾ ਫਰਜ਼ ਸਮਝਦਿਆਂ ਹੋਇਆਂ ਐਮਾਜ਼ਾਨ ਜਿਹੜਾ ਦਫ਼ਤਰ ਆ ਨਿਊ ਅੰਮ੍ਰਿਤਸਰ ਦੇ ਉਹ ਬੰਦ ਕਰਵਾ ਦਿੱਤਾ ਵਾ, ਅਤੇ ਉਹਨਾਂ ਚਿਰ ਤੱਕ ਇਹਨੂੰ ਬੰਦ ਰੱਖਿਆ ਜਾਏ ਜਿੰਨਾ ਚਿਰ ਤੱਕ ਉਹ ਆਪਣਾ ਕੋਈ ਸਪਸ਼ਟੀਕਰਨ ਨਹੀਂ ਦਿੰਦੇ।